ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਤੁਹਾਡਾ ਨੰਬਰਦਾਰ ਫਾਰਮ ਯੂਟਿਊਬ ਚੈਨਲ 'ਤੇ, ਅਤੇ ਨਾਲ ਹੀ ਸਵਾਗਤ ਆ ਤੁਹਾਡਾ ਅੱਜ ਦੇ ਇਸ ਵਲੋਗ ਦੇ ਵਿੱਚ। ਅੱਜ ਦੋਸਤੋ ਆਪਾਂ ਬੜੀ ਖਾਸ ਚੀਜ਼ ਬਣਾਉਣ ਜਾ ਰਹੇ ਹਾਂ, ਤੁਹਾਨੂੰ ਰੈਸਪੀ ਸਿਖਾਵਾਂਗੇ, ਨਾਲੇ ਆਪਦੀ ਠੰਡ ਦਾ ਇੰਤਜ਼ਾਮ ਕਰਾਂਗੇ। ਅੱਜ ਆਪਾਂ ਬੱਕਰੇ ਦਾ ਚਾਰ ਪਾਵਾਂਗੇ, ਅਤੇ ਉਹਦੇ ਲਈ ਆਪਣੀ ਤਿਆਰੀ ਆ। ਮੇਰਾ ਦੋਸਤ ਨਾਲ ਅਮਰਿੰਦਰ ਸਿੰਘ, ਅਤੇ ਇਹ ਵੀ ਆਪਣੇ ਨਾਲ ਜਾ ਰਿਹਾ, ਅਸੀਂ ਦੋਨੇ ਰਲ ਕੇ ਬਣਾਵਾਂਗੇ ਅੱਜ। ਅਤੇ ਹਲਵਾਈ ਸੱਦ ਲਿਆ ਹੋਇਆ, ਅਤੇ ਅੱਗੇ ਵੇਖੋ ਵੀ ਕੀ ਚੀਜ਼ ਹੁੰਦੀ ਹੈ, ਕਿੱਥੋਂ ਆਪਾਂ ਬੱਕਰਾ ਲੈਂਦੇ ਹਾਂ, ਕਿਵੇਂ ਬਣਦਾ, ਕਿਵੇਂ ਸਾਰੀ ਸਟੋਰੀ ਬਣਦੀ ਤੁਹਾਨੂੰ ਦਿਖਾਵਾਂਗੇ, ਜੁੜੇ ਰਹੋ ਵੀਡੀਓ ਦੇ ਨਾਲ। ਠੰਡ ਵੇ ਹੱਡ ਠਾਰੀ ਆਉਂਦੀ, 9 ਡਿਗਰੀ ਹੋਇਆ ਪਿਆ। ਆਪਾਂ ਨੂੰ ਰਾਜਸਥਾਨ ਦੇ ਕਿਨਾਰੇ 'ਤੇ ਰਹਿੰਦੇ, ਆਪਾਂ ਨੂੰ ਆਦਤ ਨਹੀਂ ਹੁੰਦੀ ਇੰਨੀ ਠੰਡੇ ਮੌਸਮ ਦੀ, ਤਾਂ ਹੀ ਤਾਂ ਹੁਣ ਪ੍ਰਬੰਧ ਕਰਨ ਲੱਗੇ ਹਾਂ। ਫਿਰ ਏਕਮ ਬੋਲਦਾ, ਆਉਣੇ ਪਏ ਅਸੀਂ ਰਾਹ 'ਚ, ਕਿੱਥੇ ਆ? ਹੋ ਗਿਆ ਤਿਆਰ? ਬਸ ਆ ਗਿਆ ਤੇਰੇ ਕੋਲ 5 ਮਿੰਟਾਂ 'ਚ, ਤਿਆਰੀ ਵੱਟ ਲਾ। ਆਹ ਦੇਖੋ ਜੀ, ਕਨਵਰ ਦਾ ਘਰ ਆ, ਪੁਰਾਣੇ ਸਟਾਈਲ ਦਾ ਪੂਰਾ, ਵਿਹੜੀ ਅੱਗੇ ਬਣਾ ਕੇ, ਅਤੇ ਇੱਧਰ ਜੱਟ ਦੇ ਖੜ੍ਹੇ ਆ ਸੰਦ ਸਾਰੇ, ਉਹਦੀ ਚੜ੍ਹਾਈ ਆ ਜੀ, ਮਿੱਡੂ ਖੜੇ ਵਾਲੇ ਸਰਦਾਰਾਂ ਦੀ। ਆਹ ਨਵੀਂ ਕੋਠੀ ਵੀ ਇਹਨਾਂ ਨੇ ਪਾਈ ਆ। ਆਓ ਜੀ ਕਲਾਰ ਸਾਹਿਬ, ਭੱਜ ਗਿਆ ਵੇਖ ਕੇ। ਓਏ ਆ ਜਾ, ਚੱਲੀਏ, ਕਿਹਨੇ ਡੀਕਦਾ ਹੁਣ? ਲੈਣਾ ਕੋਈ ਲਗਭਗ 15 ਕਿਲੋ, 15-18 ਕਿਲੋ ਲੈ ਲਾਂਗੇ। 500 ਨੂੰ ਕਹਿੰਦਾ, 550 ਕਹਿ ਰਿਹਾ ਉਹ, ਕਹਿੰਦਾ ਕਿ 20 ਕਿਲੋ ਦਾ ਹੈਗਾ ਬੱਕਰਾ ਚੰਗਾ ਪਿੰਡ ਦੇ ਵਿੱਚ, ਕਹਿੰਦਾ ਖੜਾ ਇੱਕ ਲੈ ਆਉਣਾ ਮੈਂ ਤੁਹਾਡੇ ਲਈ ਸਪੈਸ਼ਲ, ਤੇ ਸਪੈਸ਼ਲੀ ਫਿਰ ਬਣਾਊਗਾ ਕੰਮ ਸਾਰਾ। ਬਾਈ ਕਹਿੰਦਾ ਟਾਈਮ ਲੱਗੂਗਾ ਬੱਕਰਾ ਆਉਣ 'ਤੇ, ਉਹਨਾਂ ਚਿਰ ਮੈਂ ਕਿਹਾ ਫਿਰ ਆਪਾਂ ਆਗ ਹੀ ਸੇਕ ਲਈਏ। ਬਾਈ ਹੁਣ ਧੂਣੀ ਪਾਈ ਬੈਠੇ ਇੱਥੇ, ਇਹਨਾਂ ਦੀਆਂ ਸੁਣਦੇ ਹਾਂ ਗੱਲਾਂ ਨਾਲੇ। ਹੁਣ ਬਾਲ ਵੀ ਲੈ, ਧੂੰਆਂ ਮੇਰੇ ਕੰਨੀ ਕਰਤਾ ਸਾਰਾ, ਠੇਕੇਦਾਰ ਵਾਲੀ ਕੁਰਸੀ ਮੱਲੀਏ, ਫਿਰ ਧੂੰਆਂ ਘੱਟ ਆਊਗਾ। ਮਾਰੇ ਦੀ ਫੂਕ ਫਾਕ ਮਾੜੀ ਮੁੱਟੀ। ਆਈ ਚਰਬੀ ਇਹਦਾ ਪੁੱਛ ਲਈਏ ਉਹਨੂੰ ਕਿਵੇਂ ਕਰਨਾ, ਜੇ ਵਿੱਚ ਪਾਉਣੀ ਹੈ ਕਿ ਅੱਡ ਕੁੱਤਿਆਂ ਤਿਆਰ ਕਰਾ ਲਈਏ। ਨਹੀਂ ਉਹ ਜਿਹੜਾ ਕਹਿੰਦੇ ਸੀ ਡਿਸ਼ ਜੀ ਬਣਾਉਣੀ, ਮਿਹਨਤੀ ਮਾਰਿਆ ਨਾ ਗੁਰਦਾ ਜਾਂ ਗਾਉਣ ਲੱਗੇ। ਲਓ ਜੀ ਆਪਣਾ ਬਜਰੰਗੀ ਆ ਗਿਆ ਸਿਲੰਡਰ ਲੈ ਕੇ, ਇਹ ਆਪਣਾ ਅੱਜ ਦਾ ਮਾਸਟਰ ਸ਼ੈਫ, ਅਤੇ ਇਹਨੇ ਕਰਨਾ ਸਾਰਾ ਤਿਆਰ। ਇਹਨੂੰ ਕੰਧ ਦੇ ਨਾਲ ਰੱਖ, ਹਾਂ ਭੱਠੀ ਆਪਾਂ ਲਾਉਣੇ ਹੁਣ, ਇੱਟਾਂ ਉੱਟਾਂ ਰੱਖ ਕੇ, ਭੱਠੀ ਆ ਚੁੱਕੀ ਹੈ। ਇੱਟਾਂ ਤਾਂ ਲਿਆ ਦਿਓ ਯਾਰ, ਹੈਲਪ ਕਰੀਏ ਬਜਰੰਗੀ ਦੀ ਮਾੜੀ ਮੋਟੀ। ਆ ਚੱਕ ਬਜਰੰਗੀ ਨੇ ਲਾ ਲਈ ਜੈਕਟ, ਹੁਣ ਹੋ ਗਿਆ ਗਰਮ ਪੂਰਾ। ਆ ਟਾਈਲਾਂ ਨਾਲ ਗੱਲ ਨਹੀਂ ਬਣਨੀ, ਆਪਾਂ ਵੱਡੀਆਂ ਇੱਟਾਂ ਲਈਏ, ਵਾਧੂ ਪਈਆਂ ਯਾਰ ਆਪਣੇ ਕੋਲ ਇੱਧਰ, ਇਹ ਹੈਗੀਆਂ ਕੰਮ ਦੀਆਂ, ਤੇ ਨਹੀਂ ਤਾਂ ਬਾਹਰ ਬਹੁਤ ਪਈਆਂ, ਆ ਜਾ ਲੈ ਕੇ ਆਈਏ। ਯਾਰ ਆ ਜਾਓ, ਆਪਾਂ ਦੋ ਦੋ ਚੱਕਦੇ ਇੱਟਾਂ, ਤਾਂ ਇੰਨੇ ਨਾਲ ਆ ਜਾਊਗਾ ਸਾਰਾ ਸਮਾਨ। ਆ ਜਾ ਅਮਰਿੰਦਰ, ਇਹ ਵੀ ਟਾਈਲਾਂ ਨੇ ਹਨਾ, ਜਿਹੜੀਆਂ ਇੱਟਾਂ ਹੈਗੀਆਂ ਛਾਂਟ ਕੇ ਕੱਢ ਲਾ ਸਾਰੀਆਂ, ਸਾਫ਼ ਸਾਫ਼ ਜਿਹੀਆਂ ਕੱਢ ਲਾ, ਫਿਰ ਡਿੱਗਦਾ ਨਹੀਂ ਕੜਾਹੀ ਉੱਤੋਂ। ਵੈਰੀ ਗੁੱਡ, ਵੈਰੀ ਗੁੱਡ ਬੋਏ। ਆਹ ਆਪਣੇ ਕੜਕਨਾਥ, ਕੋਈ ਦੇਸੀ ਆ, ਕੁਛ ਕੜਕਨਾਥ ਹੈ, ਕੋਈ ਸੀਲ ਵੀ ਹੈਗੇ ਵਿੱਚ, ਇੱਕ ਦੋ ਵੀ ਰੱਖੇ ਹੋਏ ਆ। ਬਣਾ ਦੇ ਤਾਜ ਮਹਿਲ, ਲਿਆ ਲਵਾ ਦੇ ਹੱਥ ਤੂੰ ਵੀ ਮਾੜਾ ਮੋਟਾ, ਲਿਆ ਕੇ ਰੱਖ ਦੇ ਹੱਥ। ਇੰਨੀ ਤੈਨੂੰ ਕਿੰਨੀ ਠੰਡ ਚੜੀ ਆ, ਐਡਾ ਟੋਪਾ ਲਿਆ ਦੱਸ। ਹੈ ਚਾਹ ਗਾਲ ਲਾ ਕੁਛ, ਚਾਹ ਆਉਂਦੀ ਆ, ਬਣੀ ਜਾਂਦੀ, ਪਾਸਤਾ ਬਣੀ ਜਾਂਦਾ ਤੇਰੇ। ਮਾੜਾ ਬੜਾ ਬੋਲਦਾ ਯਾਰ, ਬੜਾ ਮਾੜਾ ਬੋਲਦਾ ਤੂੰ। ਬਜਰੰਗੀ ਨੇ ਤਿਆਰੀ ਕਰ ਲਈ ਆ, ਬਜਰੰਗੀ ਜੀ ਕੀ ਸਮਾਨ ਹੈਗਾ ਚੱਕ ਲਾ ਥਾਲੀ ਨੂੰ, ਚੱਕ ਕੇ ਵਿਖਾ।
आ जी जीरा है जी, तो आ काली मिर्च है जी, ठीक है, आ काली मिर्च है जी, आ बड़ी इलायची है, आ दालचीनी जी, आ जायफर है, आ मगा है जी, ठीक है, तो वो जाय जलपत्री अपन मिली ने ना, वो मिली नहीं जी, वो काल काल दे विच मिली नहीं या लेनी भूल गए कह लो, तो नून मिर्च आओ पिया देगी मिर्च है ना ओदे विच, तो ये आप टोटल 13.5 किलो बकरा अपन मिलिया, ओदे विचों किलो चर्बी लालो निकल गई होगी, तो ओदे च एक जी देगी मिर्च की डब्बी है जी, ये 3 लीटर तेल है जी, ठीक है जी, थोड़ा बहुत हो जाएगा, हाँ जी इन्ना ही बहुत हो जाएगा क्योंकि 15 किलो के हिसाब नाल सिरका जी, ये स्वाद अनुसार कोना है, बस सिरके दी बोतल प्लेन, हां जी ये तो नून है जी, पट्टी तैयार है, हां इधर भट्टी तैयार है, एक नून तो हल्दी और मिर्च बस, ठीक है, इधर अपना स्पार्टन भी तैयार है, कोई बनाओ सही, पहला मैं खाऊं, ये जी तेल पा दिया सारे नाल, पहला तेल ये होली होली सेक छे गरम कर ਰੰਗੀ ਬਾਈਜਾਂਡ ਪੂਰੇ ਐਕਸਪੋਰਟ ਤਰੀਕੇ ਨਾਲ ਬਣਾ ਰਹੇ ਆ, ਕੱਲ ਚੱਕਲ ਸਾਰੇ ਜਾਣੇ ਸਾਫ਼ ਬਣੋ, ਹਾਂ ਜੀ ਸਾਫ਼ ਹੋ ਗਿਆ, अद्धा मसाला साफ्ता पा रहे हैं, अद्धे नू ग्राइंड करके पाओगे, है ही है ना बजरंगी, बजरंगी भाईजान एक्सपर्ट बंदा है, पिछले यार जो बनाया जी पूरा नज़ारा आ गया जी, खा के थोड़ा जहा सिरका, आ वेखो भाफा उड़ दियाँ करो चेक, आ हा बदल बना दे पूरे, थोड़ा जहा पानी ऐड कर रहे हैं, लो जी मटन आप लवेंगे, मटन नू पाया बाल्टी दे विच, देखो जी क्या बात है, पानी तो कोई नहीं डुल जूगा पूरा, तां की आ डोल दा कोई चक्कर नहीं, डोल दे इत्थे केड़ा इट्टा हैगी आ सोख जाणगे, चल विच आ पा लांगे, आही बांध रहे पानी पोणा पू मड़ा धोना तो जरूरी है, पिछली बार भाई ने बनाया सी, हाँ अपना ही बनाता हर बारी, बहुत वधिया बनाता यार, एक नंबर है, तेज निकल रहा, ये आ गया जी नून, हाँ लो जी नमक पै गया, लप भर के सीधा हिसाब ही है, मेरी तो मेहनत मुंडा नहीं एक्सपर्ट है बंदा पूरा, पहले जी मिर्चा जी हल्दी अंदाजे नाल ही चल रहा है काम सारा, जिम्मेवारी पूरी है, गारंटी बजरंगी दी है, इसे जे कोई वाद घाट होगी कहिंदा मैं जिम्मेवार, कोई भी हो चाहिए मीट बकरे रोज का हो मुर्गे का हो वो पानी च उबाल के नहीं पता ठीक
ਤੋ ਜਿਹੜਾ ਆਪਾਂ ਓਇਲ ਕਰਕੇ ਪਾਵਾਂਗੇ ਉਹਦਾ ਪਾਣੀ ਨਹੀਂ ਮਰਦਾ ਜੀ ਉਹਨਾਂ ਆਪਾਂ ਜ਼ਿਆਦਾ ਦਿਨ ਰੱਖ ਨਹੀਂ ਸਕਦੇ ਬਹੁਤ ਜ਼ਿਆਦਾ ਦਿਨ ਮੰਨ ਲਓ ਕਿ 10 ਦਿਨ 15 ਦਿਨ ਉਸ ਤੋਂ ਬਾਅਦ ਖਰਾਬ ਹੋ ਜਾਂਦਾ मसाला है ਦੇਗੀ ਮੇਟ ਤਾਂ ਰੰਗੀ ਰੰਗੀ ਲਿਆਉਂਦੀ ਹੈ ਨਾ ਜਿਆਦਾ ਚਰਬੀ ਹੈ ਤਿੱਖੀ ਨਹੀਂ ਹੁੰਦੀ ਇਹ ਚਰਬੀ ਹੈ ਇਹ ਚਰਬੀ ਯੂਜ਼ ਕਰਨੀ ਵਿੱਚ ਕੋਈ ਵਿੱਚ ਦੇ ਵਧੀਆ ਹੈ ਹੈ ਪਾ ਦੇ ਜੀ ਬੰਦ ਨੂੰ ਲੱਗਦਾ ਹੈ ਹਾਂ ਉਹ ਕੋਈ ਚੱਕਰ ਨਹੀਂ ਯਾਰ ਨਹੀਂ ਵਿੱਚ ਨਹੀਂ ਇਹ ਤਾਂ ਸਭ ਤੋਂ ਬੜੀ ਚੀਜ਼ ਹੈ ਵਾਹ ਵਾਹ ਟੇਸਟ ਵਧੀਆ ਬਣਨਾ ਚਾਹੀਦਾ ਯਾਰ ਟੇਸਟ ਬਹੁਤ ਵਧੀਆ ਹੈ ਟੇਸਟ ਦੇ ਵਿੱਚ ਫਰਕ ਹੋਇਆ ਆਪਾਂ ਜਿੰਨੂੰ ਆ ਬੈਠੇ ਹੋ ਉਹਦਾ ਮੀਟ ਵਾਲੀ ਦੁਕਾਨ ਵਾਲਾ ਵੀ ਕਹਿੰਦਾ ਸੀ ਮੈਂ ਤਾਂ ਮਿੰਨਦਾ ਸੀ ਮੈਂ ਚੱਲ ਕੁੱਤਿਆਂ ਨੂੰ ਪਾ ਦਿਆਂਗੇ ਚਰਬੀ ਨਾਲ ਮੈਂ ਲਿਆਂਦੀ ਉਹ ਕਹਿੰਦਾ ਵੀ ਜੀ ਆਏ ਆਪਾਂ ਤੇਲ ਤਾਂ ਪਾਉਣੇ ਪਾਉਣਾ ਜੀ ਮੀਟ ਦੇ ਵਿੱਚ ਆ ਤੇਲ ਦੀ ਥਾਂ ਤੇ ਚਰਬੀ ਪੈ ਜਾਂਦੀ ਆ ਫੈਟ ਤਾਂ ਉਨਾ ਹੀ ਆ ਫੈਟ ਤੇਲ 'ਚ ਵੀ ਸਰੋਂ ਦੇ ਤੇਲ 'ਚ ਵੀ ਉਨਾ ਚਰਬੀ 'ਚ ਵੀ ਉਨਾ ਇਹ ਤਾਂ ਵਧੀਆ ਆਪਾਂ ਤੇਲ ਛੱਡ ਦੇਣਾ ਸਾਰਾ ਉਹ ਵੀ ਕਹਿੰਦਾ ਸੀ ਕਹਿੰਦਾ ਤੁਸੀਂ ਯਾਦ ਹੀ ਕਰੋਗੇ ਵੀ ਇਹਨੂੰ ਵਿੱਚ ਪਾਇਓ ਮੈਂ ਕਿਹਾ ਚਲੋ ਤਾਂ ਬਜਰੰਗੀ ਫੈਸਲਾ ਲਊਗਾ ਵੀ ਵਿੱਚ ਪਾਉਣੀ ਹੈ ਕਿ ਨਹੀਂ ਪਾਉਣੀ ਨਹੀਂ ਇਹ ਤਾਂ ਤੇਲ ਹੁਣ ਤੁਹਾਡੇ ਸਾਹਮਣੇ ਦੇਖ ਲਓ ਇਹ ਸਾਰੇ ਨਾ ਆਪਣੇ ਅਮਰਿੰਦਰ ਇਹ ਸਾਰਾ ਆਇਲ ਬਣ ਜਾਣਾ ਇਹਦਾ ਜਿੰਨੇ ਤਿੰਨ ਪੀਸਿਸ ਦਿੱਸੇ ਜਾਂਦੇ ਨਾ ਇਹ ਇਹਦੇ ਚ ਸਾਰਾ ਇਹ ਮਤਲਬ ਨਿੱਕੇ ਨਿੱਕੇ ਪਕੌੜੇ ਜੇ ਵਾਂਗੂ ਰਹਿ ਜਾਣਗੇ ਪੀਸ ਹੁਣ ਜੇ ਮੀਟ ਆਪਾਂ ਖਾਣੇ ਹੋਣੇ ਤੁਸੀਂ ਉਹ ਆਇਲ ਕਰਕੇ ਖਾਣੇ ਆ ਚੀਜ਼ ਹੈ ਤੁਸੀਂ ਆ ਚੀਜ਼ ਕੱਚੀ ਖਾ ਕੇ ਦੇਖੋ ਕੀ ਚੀਜ਼ ਹੈ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਹਾਂ ਕੀ ਚੀਜ਼ ਗੁਰਦਾ ਉਹ ਖਾ ਗਿਆ ਸੀ ਮੀਟ ਦੀ ਦੁਕਾਨ ਵਾਲਾ ਕਹਿੰਦਾ ਬਈ ਮੈਂ ਤਾਂ ਸੰਗਦੇ ਨੇ ਅੱਧਾ ਕੀ ਖਾਦਾ ਤੁਹਾਡੇ ਤੋਂ ਮੈਂ ਖਾ ਲੈਂਦਾ ਮੈਂ ਕਹਿੰਦਾ ਰੋਕਿਆ ਤੈਨੂੰ ਕਹਿੰਦਾ ਸਵਾਦ ਨਮਕੀਨ ਹੁੰਦਾ ਪੂਰਾ ਹਾਂ ਚੱਲ ਆਪਾਂ ਹੁਣ ਮੈਨ ਵਰਸਸ ਵਾਈਲਡ ਕਾ ਨੂੰ ਬਨ ਅਪ ਬੀਅਰ ਗ੍ਰਿਲਸ ਬੀਅਰ ਗ੍ਰਿਲ ਵਿੱਚ ਆਇਆ ਉਹ ਚੱਕ ਦਿੰਦਾ ਫੱਟੇ ਜਿਹੜਾ ਕੋਈ ਕੀੜਾ ਆਵੇ ਪਤੰਗਾ ਆਵੇ ਕੁਝ ਮਰਜ਼ੀ ਆਵੇ ਸੱਪ ਸੁੱਪ ਸਾਰਾ ਕੁਝ ਖਾ ਜਾਂਦਾ ਬਹੁਤ ਸਿੰਪਲ ਰੈਸਪੀ ਹੈ ਯਾਰ ਬਜਰੰਗੀ ਦੀ ਇਹ ਖਾਸੀਅਤ ਆ ਪਿਛਲੇ ਵਾਰੀ ਵੀ ਮੈਨੂੰ ਲੱਗਿਆ ਨਾ ਵੀ ਬਣਾਉਣਾ ਤੇ ਮੈਂ ਪਤਾ ਨਹੀਂ ਕਿੰਨਾ ਕਰਨਾ ਪੂ ਪ੍ਰੋਗਰਾਮ ਮਿੰਟ ਥੋੜੇ ਹੀ ਲਾਏ ਇਹਨੇ ਘੰਟੇ ਹੀ ਤਾਂ ਮੈਨੂੰ ਬਣਾ ਕੇ ਆਉ ਗਿਆ ਉਹਨਾਂ ਦੇ ਆਪਣੇ ਬਾਈਆਂ ਤੇ ਨਹੀਂ ਬਣਾਇਆ ਸੀ ਹਾਂ ਡੱਬ ਵਾਲੀ ਹਾਂ ਉਹ ਉਹਨਾਂ ਨੇ ਨਾ ਮੈਨੂੰ ਤਾਂ ਲੱਗਿਆ ਘੱਟ ਘੱਟ 2.5 ਕਿਲੋ ਤੋਂ ਬੈਠੇ ਬੈਠੇ ਖਾ ਗਏ ਬੈਠੇ ਉਹ ਖਾ ਸਕਦੇ ਆ ਉਹ ਕੁਝ ਵੀ ਕਰ ਸਕਦੇ ਆ ਅੱਛਾ ਆ ਮਿਕਸੀ ਕਰ ਮਿਕਸੀ ਚੱਲ ਚੱਲ ਚੱਲੀ ਅੰਦਰ ਮੈਂ ਇੱਥੇ ਆ ਥੋੜੀ ਕੁੱਟ ਕੇ ਪਾ ਦਾਂ ਛੱਡ ਮੜੀ ਗੈਸ ਨੂੰ ਪਤਾ ਲੱਗੇ ਬੱਕਰੇ ਨੂੰ ਬਣਦਾ ਪਿਆ ਜੈਫਲ ਲਿਆਂਦਾ ਕੁੱਟ ਕੇ ਜਾਂ ਨਹੀਂ ਕੀ ਕਹਿੰਦਾ ਸੀਗਾ ਇਹ ਜੈਫਲ ਹੈ ਜੀ ਇਹ ਜੈਫਲ ਪਾਉਣ ਨੂੰ ਗਾਲਣ ਵਾਸਤੇ ਇਹਨੂੰ ਕੁੱਟ ਕੇ ਚਾਹ ਇਹਨੂੰ ਕੁੱਟ ਕੇ ਇਹਨੂੰ ਜੈਫਲ ਜਿਹੜੀਆਂ ਗੇਂਦਾਂ ਹੀ ਟੁੱਟ ਕੇ ਆਈਆਂ ਬਣ ਗਈਆਂ ਹਾਂ ਜੀ ਇਹਦੇ ਬਾਰ ਵੀ ਨਹੀਂ ਕਰਦੇ ਬੱਕਰੇ ਇਹ ਤੁਮ ਹਾਂ ਉਹ ਕੀਤਾ ਨਹੀਂ ਉਹ ਕੀਤਾ ਵੀ ਲਾਉਂਦੇ ਇਹਦੇ ਨਾਲ ਕੀ ਹੁੰਦਾ ਬਜਰੰਗੀ ਜੈਫਲ ਨਾਲ ਖੁਸ਼ਬੂ ਔਰ ਟੇਸਟ ਹਰ ਇੱਕ ਚੀਜ਼ ਦਾ ਬਹੁਤ ਵਧੀਆ ਚੇ ਹੁੰਦਾ ਖੁਸ਼ਬੂ ਔਰ ਸਵਾਦ ਦਾ ਹੈ ਗਾਲਣ ਦਾ ਹਰ ਇੱਕ ਚੀਜ਼ ਇਹਦੇ ਨਾਲ ਕੱਲੇ ਨਾਲ ਗਲ ਜਾਂਦਾ ਹੈ ਜੀ ਬਜਰੰਗੀ ਜੈਫਲ ਨੂੰ ਵੀ ਫਾਸ ਕਰਦੀ ਹੈ ਹਾਂਜੀ ਨਾਲੇ ਇਹ ਤਾਕਤਵਰ ਰਸਤੇ ਵੀ ਔਰ ਬਾਕੀ ਜਿਹੜੀ ਚੀਜ਼ ਆਪਾਂ ਜੀਨੋ ਮੋਟਾ ਬੰਦੇ ਆ ਬੰਦੇ ਉਹ ਚੀਜ਼ ਹੈ ਜੀ ਇਹ ਮਸਾਲੇ ਚ ਆਏ ਓਕੇ ਵੈਰੀ ਗੁੱਡ ਜੈਫਲ ਤਾਂ ਬਹੁਤ ਵਧੀਆ ਚੀਜ਼ ਹੈ ਇੰਨੀ ਸ਼ਿੱਦਤ ਨਾਲ ਦੇਖ ਰਿਹਾ ਨਾ ਮੇਰਾ ਭਰਾ ਮੀਟ ਵਾਲਾ ਹੈ ਮੀਟ ਵਾਲੇ ਮੈਂ ਥੱਲੇ ਝੱਕ ਕੇ ਨਾ ਮੈਂ ਕਦੋਂ ਪਾਸੇ ਮੋੜ ਗੱਲ ਇਹ ਬੀਜ ਨੇ ਬਹੁਤ ਵੱਡਾ ਲੱਗਿਆ ਹੈ ਹੈ ਵੱਡੇ ਆ ਇਹ ਵਾਲਾ ਅੱਛਾ ਇਹ ਤਾਂ ਚਾਪ ਜੀ ਆ ਇਹ ਤਾਂ ਕਹਿ ਕੇ ਦੋ ਕੁ ਪੀਸ ਵੱਡੇ ਰਖਾਏ ਸੀ ਅੱਛਾ ਕਹਿ ਕੇ ਵੱਡੇ ਰਖਾਏ ਸੀ ਪੰਜ ਪੀਸ ਵੱਡੇ ਬਸ ਦੋਨੇ ਕੀ ਦੋ ਚਾਰ ਹੀ ਆ ਜਿੰਨੇ ਕਿ ਦਿਨ ਦੱਸੀ ਜਾਂਦੇ ਬਾਕੀ ਸਾਰੇ ਛੋਟੇ ਆ ਚੱਕ ਵੀ ਇਹ ਤਾਂ ਬਣਾਤਾ ਪੂਰਾ ਅਵਨ ਬਣਾਤਾ ਇਹਨੂੰ ਪਲੇਟ ਬੱਟਾ ਵਾਲੀ ਮੁੱਦਾ ਮਾਰਤਾ ਬੇਲੀ ਨੇ ਉੱਤੇ ਇਹਦੇ ਨਾਲ ਨਾਲੇ ਗਰਮਾਇਸ ਤੋਂ ਵੀ ਨਾਲੇ ਹਰ ਇੱਕ ਚੀਜ਼ ਆਰਾਮ ਨਾਲ ਸੇਕੇ ਚੋਣ ਜਾਂਦਾ ਬਾਰਬੀਕਿਊ ਚ ਨੂੰ ਪਕਾਵਾ ਕਰ ਦਿੰਦੇ ਸਾਰਾ ਕੁਝ ਹਾਂ ਨਹੀਂ ਉਹ ਤਾਂ ਹੋਰ ਜੀ ਇਹ ਤਾਂ ਮਤਲਬ ਇਹਦਾ ਪਾਣੀ ਵਿੱਚ ਹੀ ਸੁੱਕੀ ਜਾਊਗਾ ਨਾਲੇ ਫਲੇਵਰਫੁਲ ਹੋਊਗਾ ਪੂਰਾ ਇਹਦਾ ਆਪਾਂ ਕੁਝ ਵੀ ਨਹੀਂ ਕਰਨਾ ਨਾ ਇਹਦਾ ਪਾਣੀ ਕਰਨਾ ਨਾ ਕੁਝ ਸਾਰਾ ਕੁਝ ਵਿੱਚ ਹੀ ਰਹੂਗਾ ਠੀਕ ਹੈ ਹਾਂ ਕੱਟ ਕੇ ਬਾਅਦ ਇਹਨੂੰ ਛਾਣ ਕੇ ਪਾਣੀ ਕੱਢ ਦਾਂਗੇ ਨਹੀਂ ਉਹ ਚੀਜ਼ ਨਹੀਂ ਆ ਫਿਰ ਤਾਂ ਫਲੇਵਰ ਹੀ ਚਲਾ ਜਾਂਦਾ ਜੇ ਛਾਣ ਕੇ ਸਾਰਾ ਕੱਢਤਾ ਉਹ ਤਤ ਹੀ ਨਿਕਲ ਜਾਂਦੇ ਉਹਦੇ ਸਾਰੀ ਤਾਕਤ ਜੋ ਹੈ ਉਹਦੇ ਵਿੱਚ ਹੀ ਹੈ ਇਸ ਵਿੱਚ ਆਪਾਂ ਬੁਣ ਕੇ ਵੀ ਸਾਰਾ ਕੁਝ ਵਿੱਚ ਹੀ ਪਾਉਂਗੇ
ਹੁਣ ਇਹ ਘਟ ਗਿਆ ਇਸ ਤੇ ਕਰਤਾ ਹਾਂਜੀ ਆ ਵੇਖੋ ਜੀ ਹੁਣ ਥੋੜੀ ਕਰਤੀ ਅੱਗ ਆਪਾਂ ਕਿੰਨਾ ਚਿਰ ਇਹਨੂੰ ਪਕਾਉਣਾ ਇਸ ਤਰੀਕੇ ਨਾਲ ਮੰਨ ਕੇ ਚਲੋ ਕਿ 20 ਤੋਂ 25 ਮਿੰਟ 20-25 ਮਿੰਟ ਪੱਕ ਕੇ ਤੇ ਬਣ ਜਾਊਗਾ ਹਾਂਜੀ ਇਹ ਤਾਂ ਯਾਰ ਸਾਰਾ ਪ੍ਰੋਸੀਜਰ ਹੀ ਫਿਰ ਸਾਰਾ ਮੈਨੂੰ ਤਾਂ 10 ਮਿੰਟ 15 ਹੀ ਹੋਏ ਆਪਾਂ ਨੂੰ ਚਲਾਉਂਦਿਆਂ ਨੂੰ ਕੰਮ ਹਾਂ ਤੇ 20-25 ਸਾਰਾ ਮੰਨ ਕੇ ਚਲੋ ਕਿ ਟੋਟਲ ਬਣਾਉਂਦੇ ਨੂੰ ਘੰਟਾ ਲੱਗ ਜਾਊਗਾ ਜੀ ਘੰਟਾ ਰਿੰਨਣਾ ਪਊਗਾ ਹਾਂ ਘੰਟੇ ਹੀ ਤਿਆਰ ਹੋ ਜਾਊਗਾ ਜੀ ਤੇਜ ਅੱਗ ਤੇ ਘੱਟ ਅੱਗ ਤੇ ਸਾਰਾ ਮਿਲਾ ਕੇ ਘੰਟੇ ਤੱਕ ਪ੍ਰੋਸੀਜਰ ਹੈ ਹਾਂ ਘੰਟੇ ਤੱਕ ਠੀਕ ਹੈ ਤੇ ਨਾਲੇ ਵਿੱਚ ਫਿਰ ਇਹ ਉੱਤੇ ਬੱਠਲ ਮੁੱਦਾ ਮਾਰਨ ਨਾਲ ਥੱਲੇ ਵੀ ਨਹੀਂ ਲੱਗਦਾ ਹਾਂ ਥੱਲੇ ਵੀ ਨਹੀਂ ਲੱਗਦਾ ਇਹ ਜਿਹੜਾ ਪਾਣੀ ਹੈ ਇਹਦੇ ਵਿੱਚ ਨਾ ਉਹ ਚੀਜ਼ ਹੀ ਬਾਹਰ ਆ ਜਾਂਦਾ ਹੈ ਯਾਨੀ ਗਰਮਾਇਸ਼ ਨਾਲ ਕਿ ਜਿਹੜਾ ਮੀਟ ਦਾ ਪਾਣੀ ਹੈ ਉਹਦੇ ਵਿੱਚ ਆਪ ਦਾ ਪਾਣੀ ਹੁੰਦਾ ਹੈ ਉਹ ਚੀਜ਼ ਬਾਹਰ ਆ ਜਾਂਦਾ ਹੈ ਹੁਣ ਇਹਦੇ ਵਿੱਚ ਆਪਾਂ ਕਿਲੋ ਕੋ ਪਾਣੀ ਪਾਇਆ ਨਹੀਂ ਸੀ ਹੁਣ ਦੇਖੋ ਪਾਣੀ ਦੇ ਵਿੱਚ ਵੱਧ ਹੋ ਜਾਊਗਾ ਯਾਨੀ ਪਾਇਆ ਤਾਂ ਆਪਾਂ ਥੋੜਾ ਜਿਹਾ ਆਪਾਂ ਤਾਂ ਮਿਲਣਾ ਤਾਂ ਅੱਧੀ ਬੋਤਲ ਤੇਲ ਦੀ ਪਾਈ ਆ ਜੈਫਲ ਵਾਲੀ ਚ ਫਿਰ ਜੈਫਲ ਦੇ ਫਾਇਦੇ ਸਾਰੇ ਪਤਾ ਲੈ ਤਾਂ ਹੀ ਤਾਂ ਇਹਨੂੰ ਪਤਾ ਵੀ ਕਿਹੜੀ ਕਾਲਜ ਪੀਣੀ ਆ ਪਾਣੀ ਬਹੁਤ ਛੱਡ ਗਿਆ ਫ੍ਰੈਗਰੈਂਸ ਵੀ ਬੜੀ ਸੋਹਣੀ ਆ ਰਹੀ ਹੈ ਹੁਣ ਤਾਂ ਬੱਲੇ 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 ਆ ਵਿੱਚ ਚਰਬੀ ਸਾਰੀ ਸੁੰਗੜ ਗਈ ਹੈ ਨਾ ਵਿੱਚ ਰਲ ਜੂਗੀ ਹੁਣ ਇਹ ਪਾਣੀ ਆਪਾਂ ਇਹਦੇ ਵਿੱਚ ਸੁੱਟਣਾ ਨਾ ਹੁਣ ਮੱਠੀ ਗੈਸ ਤੇ ਚੱਲੂਗਾ ਕੰਮ ਹੈ ਜਿਵੇਂ ਸੌਫਟ ਹੋ ਜਾਊ ਜਮਾ ਬਾਈ ਮੈਂ ਕਹਿੰਦਾ ਇਹਨੂੰ ਚੈੱਕ ਕਰਾਂਗਾ ਤੁਹਾਨੂੰ ਨਾਲ ਦੇ ਨਾਲ ਹੀ ਮੈਂ ਆਪਾਂ ਪਹਿਲਾਂ ਟੇਸਟ ਕਰਕੇ ਇਹਦੀ ਜਿਹੜੇ ਮਤਲਬ ਕਿੰਨਾ ਕਿ ਚੂਈ ਜਿਹਾ ਹੈਗਾ ਜਿਵੇਂ ਕਹੀਏ ਐ ਹੁੰਦਾ ਨਾ ਕਿ ਚੱਬੀ ਜੋ ਮੁੱਕਦਾ ਜਾਂ ਨਹੀਂ ਉਹ ਜੀ ਪੂਰੀ ਚੈੱਕ ਕਰਕੇ ਉਦੋਂ ਬਾਅਦ ਹੀ ਆਪਾਂ ਇਹਦੀ ਗੈਸ ਬੰਦ ਕਰਾਂਗੇ ਆਹ ਲਓ ਜੀ ਇੱਕ ਵਾਰੀ ਇਹਨੂੰ ਹਲਾ ਹਲੂ ਕੇ ਤੇ ਦੁਬਾਰਾ ਫੇਰ ਆਪਾਂ ਉੱਤੇ ਢੱਕਣ ਦੇਤਾ ਥੋੜ੍ਹੀ ਜਿਹੀ ਗੈਸ ਮੇਰੇ ਖਿਆਲ 'ਚ ਬਾਈ ਹੁਣ ਵਧਾਊਗਾ ਥੋੜ੍ਹੀ ਜਿਹੀ ਗੈਸ ਵਧਾ ਕੇ ਇਹਦੇ ਬਾਅਦ ਫਿਰ ਇਹਨੂੰ ਪੱਕਣ ਵਾਸਤੇ ਛੱਡਾਂਗੇ ਹੋਰ ਕੋਈ 10 ਕੁ ਮਿੰਟ ਇੱਧਰ ਮਿੱਡੂ ਖੇੜੇ ਦੇ ਸਰਦਾਰ ਮੂੰਹ ਲੁਕਾਉਂਦੇ ਹੋਏ ਆਪਦਾ ਤੁਹਾਡਾ ਪਿੰਡ ਹੈ ਹੀ ਸਰਦਾਰਾਂ ਦਾ ਵੀਰੇ ਇੱਕ ਮਹਿਣੇ ਦਾ ਸਰਦਾਰ ਇੱਕ ਮਿੱਡੂ ਖੇੜੇ ਦਾ ਸਰਦਾਰ ਮੁੱਕੇ ਜਾਂਦੇ ਹੋ ਨਹੀਂ ਨਹੀਂ ਅੰਦਰ 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 ਤਾਂ ਤੁਹਾਡੇ ਲੱਡੂ ਫੁੱਟ ਜਾਂਦਾ ਵੀ ਆਹ ਹੈ ਸਰਦਾਰ ਤਾਂ ਅਸੀਂ ਹਾਂ ਹੁਣ ਐਂ ਗੱਲ ਹੈ ਨਾ ਵੀ ਇਹਨਾਂ ਦੇ ਪੁਰਖਾਂ ਨੇ ਸਰਦਾਰੀ ਹੁਣ ਲੈ ਕੇ ਨਹੀਂ ਨਹੀਂ ਇਹ ਪੂਰੇ ਆ ਇਹ ਪੂਰੇ ਰੱਖਦੇ ਆਪਦੇ ਦਬਦਬਾ ਇਹ ਜੀ ਜਿਹੜਾ ਮਸਾਲਾ ਸੀ ਉਹ ਪਿਸਿਆ ਹੋਇਆ ਇਹ ਜਿਹੜਾ ਆਪਾਂ ਗ੍ਰਾਈਂਡ ਕੀਤਾ ਹੈ ਰੰਗੀ ਕਿੰਨਾ ਚਿਰ ਹੋ ਗਿਆ ਤੈਨੂੰ ਇੱਥੇ ਕੰਮ ਕਰਦੇ ਨੂੰ ਲਸਣ ਛਿੱਲਣਾ ਮਿੱਡੂ ਖੜੇ ਵਾਲੇ ਸਰਦਾਰ ਛਿੱਲਣਗੇ ਫੜਾਓ ਦੋ ਗੱਠੀਆਂ ਤੂੰ ਬੁੱਲਿਆ ਚ ਨਾ ਤੂੰ ਲਸਣ ਤਾਂ ਛਿੱਲ ਇਹਦੇ ਬਿਨਾਂ ਤਾਂ ਆਪਣਾ ਚਾਰ ਵੀ ਨੀ ਪੈਣਾ ਲਸਣ ਵੀ ਆ ਗਿਆ ਮੈਦਾਨੀ ਜੰਗ ਦੇ ਵਿੱਚ ਤੇ ਹੁਣ ਗੱਭਰੂ ਛਿੱਲਣਗੇ ਲਸਣ ਛਿੱਲਣ ਦੀ ਡਿਊਟੀ ਆਪਣੀ ਲੱਗੀ ਆ ਚੱਲ ਬਈ ਚੱਕ ਗੱਦੀ ਗੰਢੀ ਤੇ ਮੈਂ ਫੜਾਵਾਂ ਲੈ ਫੜ ਤਾਂ ਸਹੀ ਚੱਲ ਹੈਲਪ ਕਰਾਈਏ ਮਾੜੀ ਮੋਟੀ ਇਹਦੀ ਆਵੇ ਕਿ ਕੁੱਕਰ ਵਾਂਗੂ ਨਿਕਲਦੇ ਵਿੱਚੋਂ ਭਾਫ ਜੀ ਹਨਾ ਕੜਾਹੀ ਦੇ ਬੱਠਲ ਬੜਾ ਪੂਰਾ ਪੂਰਾ ਆਇਆ ਬਜਰੰਗੀ ਇਹਦਾ ਕਰਨਾ ਕੀ ਆ ਮਤਲਬ ਕੱਲੀਆਂ ਤੈਨੂੰ ਅੱਡ ਅੱਡ ਕਰਕੇ ਤੇਰੀ ਛਿੱਲ ਤੂੰ ਲਏਗਾ ਨਾ ਛਿੱਲਣ ਦੀ ਤੇਰੀ ਸਪੀਡ ਵਾਹ ਆਪਾਂ ਪੁੱਟ ਕੇ ਪੁੱਟ ਕੇ ਪਾਉਣਾ ਬਜਰੰਗੀ ਨੂੰ ਥੋੜਾ ਜਿਹਾ ਜ਼ਿਆਦਾ ਐਕਸਪੀਰੀਅੰਸ ਆ ਛਿੱਲਣ ਦਾ ਐਕਸਪੀਰੀਅੰਸ ਤਾਂ ਠੀਕ ਆ ਹੁਣ ਕੰਮ ਹੀ ਨਹੀਂ ਕਰਦੀਆਂ ਉਂਗਲਾਂ ਪਹਿਲਾਂ ਹੱਥ ਦੇ ਕੀ ਜਾਣਾ ਅਸੀਂ ਹੌਸਲਾ ਦਿੰਦੇ ਹਾਂ ਤੈਨੂੰ ਤੂੰ ਮਿਲਦਾ ਸਨ ਛਿੱਲ
ਲੈ ਮੈਂ ਅੱਡ ਅੱਡ ਤਾਂ ਮੈਂ ਕਰਕੇ ਦੇ ਦਿੰਦਾ ਉਹ ਚਿੱਲਣ ਵਾਲਾ ਪ੍ਰੋਗਰਾਮ ਕਰ ਤੁਸੀਂ ਕਰਕੇ ਦੇ ਸਿੱਧੀ ਨਹੀਂ ਹਾਂ ਲੈ ਅੱਡ ਤਾਂ ਮੈਂ ਕਰਾਂ ਇਹਦਾ ਕਿੱਡਾ ਕੰਮ ਕੰਮ ਇਹ ਵੀ ਵੈਸੇ ਵੱਡਾ ਹੀ ਆ ਮੈਂ ਗਿਆ ਕਿਤੇ ਤੇ ਉਹਨਾ ਬਈ ਕੀ ਬਾਤ ਹੈ ਕੀ ਬਾਤ ਹੈ ਦੇਖੋ ਪਾਪਾ ਨਿਕਲਦੀਆਂ ਮੈਨੂੰ ਵੀ ਦੇ ਦੇ ਇੱਕ ਸ਼ਾਟ ਨਹੀਂ ਮੈਂ ਤਾਂ ਖਾ ਗਿਆ ਉਹ ਇੱਕ ਗੋਲੀ ਤਾਂ ਦੇ ਦੇ ਕਿੰਨੀਆਂ ਤਿੰਨ ਚਾਰ ਨਿਕਲਦੀਆਂ ਕੋਈ ਗੋਲੀ ਚਮਚਾ ਲਿਆ ਕੇ ਦੇਖ ਸਕਦੇ ਹੋ ਇਹ ਕੰਮ ਦੇਖੀ ਦੇਖਣਾ ਕਿ ਫੜ ਇੱਕ ਕੋਈ ਚੀਜ਼ ਕਿਵੇਂ ਟੁੱਟਦਾ ਕਿਵੇਂ ਆ ਸਿਆਣੇ ਕਹਿੰਦੇ ਠਾਰ ਕੇ ਖਾਣੀ ਚਾਹੀਦੀ ਆ ਪਤਾ ਨਹੀਂ ਹੱਥ ਤੇ ਲੱਗ ਗਿਆ ਥੱਲੇ ਸਿੱਟਦਾ ਇਹ ਪਹਿਲਾਂ ਧਰਤੀ ਬਸ ਤੇਰਾ ਆਹੀ ਕੰਮ ਆ ਓਏ ਕੁੱਤੇ ਦਾ ਮੂੰਹ ਛੱਡ ਜੂਗਾ ਹਜੇ ਨਾ ਪਾਈ ਵੇਖ ਇਹਦੇ ਕੰਮ ਕਿਵੇਂ ਆ ਟੇਸਟ ਅੱਛਾ ਲੱਗਿਆ ਕੌਲੀ ਲਿਆ ਯਾਰ ਚਮਚਾ ਲਿਆ ਫੇਰ ਗੱਲ ਗਰਮੀ ਦੇ ਵਿੱਚ ਪਈ ਹੈ ਗਰਮੀ ਦੇ ਪਕੌੜੇ ਤਾਂ ਰਹਿਣਗੇ ਬੜੇ ਹੁਣ ਸੁੱਕਣਗੇ ਸੁੱਕੂਗਾ ਤੇਲ ਵੀ ਸਾਰਾ ਆ ਜਾਊਗਾ ਹਾਂਜੀ ਹੋਰ ਸੁੱਕੂ ਅਜੇ ਪਾਣੀ ਦਾ ਵੇਖ ਕਿੰਨਾ ਵਿੱਚ ਉਹਦੇ ਪਾਣੀ ਸਾਰਾ ਸੁੱਕੂਗਾ ਹੁਣ ਇਹਨੇ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੁਣ ਇਹਨੂੰ ਗਾਲਣ ਦੀ ਕੱਚੇ ਪੰਚੇ ਹੈ ਨਹੀਂ ਬੱਕਰਾ ਹਿੱਲਦਾ ਵਿੱਚ ਪਿਆ ਕੜਾਈ ਦੇ ਨਾਲੇ ਕਰਦਾ ਵਾਜਾਂ ਬਜਰੰਗੀ ਵਿਚਾਰਾ ਇਕੱਲਾ ਰਹਿ ਗਿਆ ਕੋਈ ਹੈਲਪ ਨਹੀਂ ਕਰ ਰਿਹਾ ਉਹਦੀ ਕੜਾਈ ਉੱਤੇ ਨਾ ਜੇ ਕਿਤੇ ਇਹ ਤਾਂ ਜਿੰਨਾ ਹਿਲਾਵਾਂਗੇ ਉਨਾ ਵਧੀਆ ਬਣੂ ਨਾ ਪਰ ਇਹਦੇ ਯਾਰ ਪਾਣੀ ਜੇ ਤਾਂ ਉੱਧਰ ਆ ਜਾਵੇ ਸਾਰਾ ਹੀ ਕਿਤੇ ਨਹੀਂ ਨਹੀਂ ਪਾਣੀ ਉਡਾਉਣਾ ਹੀ ਗੋਡੇ ਜੇ ਫਿਰਦੇ ਬੱਕਰੇ ਢਕਦੇ ਹੋ ਬੱਕਰੀ ਨਾ ਬਸ ਪਾਸਤਾ ਰੈਡੀ ਹੋ ਕੇ ਆਇਆ ਹੈ ਪਾਸਤਾ ਤਿਆਰ ਹੈ ਦੇਖੋ ਜੀ ਆ ਕਿੱਥੇ ਰੱਖਾਂ ਕੁਰਤਰਾ ਬਗੀਚੇ ਰਹਿ ਲੋ ਟੇਸਟ ਕਿਵੇਂ ਸੀ ਕਨਵਰ ਵਧੀਆ ਮਾੜਾ ਕਹਿ ਕੇ ਵੇਖੋ ਕਹਿਣ ਕੀ ਕਾਹਦਾ ਟੇਸਟ ਪੁੱਛਦਾ ਮੀਟ ਦਾ ਹਾਂ ਇਹਦਾ ਵਧੀਆ ਹੈ ਅਜੇ ਥੋੜਾ ਜਿਹਾ ਮਸਾਲੇ ਮਸੂਲੇ ਜਿਵੇਂ ਘੱਟ ਆ ਪਰ ਉਹ ਪੱਕਿਆ ਵਧੀਆ ਹਜੇ ਕੁਝ ਪਾਇਆ ਨਹੀਂ ਉਹਦੇ ਚ ਹਜੇ ਤਾਂ ਵਿੱਚ ਪਾਇਆ ਕੁਛ ਨਹੀਂ ਹਜੇ ਤਾਂ ਇਕੱਲਾ ਉਹੀ ਆ ਹੋਵੇ ਸਟੈਂਡਰ ਪੂਰਾ ਹੈ ਚੂਈ ਬਿਲਕੁਲ ਨਹੀਂ ਹੈਗਾ ਹੈ ਵਧੀਆ ਤੂੰ ਖਾ ਕੇ ਦੇਖਿਆ ਹਾਂ ਪੂਰਾ ਕਿਆ ਬੋਲ ਥੋੜ੍ਹੀ ਮਿਲ ਲੱਗਦਾ ਲਗਭਗ ਤਿਆਰ ਹੀ ਆ ਨਾ ਹਾਂ ਹਾਂ ਪੂਰਾ ਤਿਆਰ ਲਸਣ ਫਿਰ ਇਹਦੇ 'ਚ ਕਿਹੜੇ ਟਾਈਮ 'ਤੇ ਪਾਉਣਾ ਜਦੋਂ ਤੁਹਾਨੂੰ ਤੇਲ ਕਰਾਂਗੇ ਨਾ ਆਪਾਂ ਤੇਲ ਪਾਉਂਗੇ ਜਦੋਂ ਤੇਲ ਪਾਉਣਾ ਹਾਂਜੀ ਕਿੰਨਾ ਪਾ ਦਈਏ ਹਾਂ ਜਿਹੜਾ ਇਹਦਾ ਮਸਾਲਾ ਹੁੰਦਾ ਸਮੈਲ ਮਰ ਜਾਂਦੀ ਹੈ ਫਿਰ ਸਵਾਦ ਨਹੀਂ ਆਉਂਦਾ ਬਸ ਓਹਦਾ ਤੇਲ ਜਿਹਾ ਰਹਿ ਗਿਆ ਉਹ ਵੀ ਵਧੀਆ ਹੈ ਉਹ ਚੀਜ਼ ਤਾਂ ਸਗੋਂ ਤੇਲ ਦੀ ਥਾਂ ਤੇ ਉਹ ਪੈ ਗਈ ਜ਼ਿਆਦਾ ਬੈਟਰ ਆ ਬਾਲਟੀ ਦੇ ਵਿੱਚ ਕੱਢਣ ਲੱਗੇ ਆਪਾਂ ਹੁਣ ਆਪਣਾ ਮੀਟ ਬਣ ਕੇ ਤਿਆਰ
तेल पाना या बाकी लसन पाना हजे रहिंदा दे विच बाकी सिरका भी बाद च पावांगे फिर आपां नहीं हुण सिरका नहीं पाउंदे सिरका होर नहीं पाउणा बस नहीं हां ठंडा होए तड़के तड़के पाले ओदा थोड़ा खट्टा बन आंदा ना भाई हां कल नु पावांगे फिर हां बजरंगी ने दोबारा चढ़ा ली कढ़ाई छड मोटर माड़ी जी मगरों बात है बड़ा भज्जा होए अग ही करंट तो नहीं लगता आता बड़ा बजरंगी थोड़ी बोतल पहला पाई 100 ग्राम तेल पहलो पाया मसाला भुनण बाकी जड़िया बचिया बोतल ने बोतल नंबर 2 मेरा मीट बना लो आ जा जानवर दिस गया लगता देगी मिर्च का तड़का अंग अंग फटका फुल गर्म करके तेल फिर दसा बकरा जो कि पक के तैयार है हम बेसिकली पहला बकरे को पकाया मसालिया के हूँ ये जरा प्रिजर्व करने लिए चार पाने लिए अगर वाला प्रोसीजर चल रहा मैडम महीना तो आराम कट ही जाता डेढ़ महीना अपने को 15 दिन कटूगा उस पहला तो वैसे निपट जूगा काम पापा निकल दिया पूरा वधिया कुक हो गया पूरा तैयार हो गया हड्डी छट गया मास कच्चा पाने बिल्कुल नहीं है हूँ अदरक पाता देगी मिर्च की डब्बी सारी पानी अदरक मसाले जेड़े पीसे सीगे ना लो जी बड़ी खुशबू आई है लो जी हम बाल्टी मुद्दी करते क्या बात है रंग ही बड़ा सोहना आया इतने खड़ के वेख अमरिंदर फ्रैगरेंस देख आई इधर धुए नहीं बना वेख खड़ा रंग हूँ नेड़े वेखता दिखाने अपने यूट्यूब वाले सज्जनों हाँ देखो जी प्रोजेक्ट का रंग क्या हूँ बड़ी गल फ्रैगरेंस भी यदि कमाल की आ रही है टेस्ट तो आना ही आना क्योंकि बजरंगी भाई के हाथ लगे तू बना ला हमने कट्ठे बना लें अदो अद कैमरा वेख कि लुक जाना तू हम बिल्कुल तैयार है लो जी सज्जनों अपना हम चार जो बकरे का बिल्कुल तैयार हो चुके बहुत सोहना रंग आया फ्रैगरेंस बहुत सोहनी है हुण खा के हुणे वेख लेना के ठहर के खा के देख लेना नी मिर्च मुर्चे के पै गई है ना चल कर कन्वर टेस्ट कर तेरा तेरे टेस्ट बड्स ज्यादा काम करदे फड़ो फड़ो करो चेक ठंडा ही आ माड़ा तू वड दंदी पता लगे खाली मिर्च डाल दे नून यार नून खा के तू चेक कर ला ना बजरंगी आप देख ला यार तेनू ज्यादा पता ले मेनू बढ़ाओ नहीं तो हां भाई ने तू ਲੈ ਬਖਾ ਮੜਾ ਜਾ ਮੇਰੀ ਕੰਨੀ ਕਰ ਬਹੁਤ ਪਤਾ ਕੀ ਹੈ ਜੇ ਮੀਟ ਨੇ ਦੇ ਵਿੱਚ ਵੀ ਖਿੱਚਣਾ
ये मीट दे विच हूं कोई नहीं खींचना यानी ना पहले नून मिर्च ला के ना ये पूरा सुखाया हुआ अच्छा हां ये उत्तो ता करके मैं तुम्हें कहूंगा खांत वाला अपन सीसी नहीं लगता नहीं अजय नहीं लगता नहीं अजय थोड़ा या मट्ठा है हां थोड़ा पा ही दे कोई नहीं बस बहुत 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 मिर्च मिर्च ठीक है थोड़ा नमक और पा देने हैं तो ये मम्मा कह रहे थे कि वो बाद दे विच कल जो ठंडा हो गया ना तो नींबू कहंदा दो गिन्ना जोड़ दियो विच ओंदे ना की हो जाएगा चार कु पीस बंदा कढे मर्दबान चो करके ना माइक्रोवेव दो मिंटा देर करके माइक्रोवेव ते नाल होवे करारा जा परौंठा एक वधिया मरकना जा ते आ हा हा क्या बात है खस्ता पंच आ जाऊगा हाँ नहीं और गलूगा हाँ सॉफ्ट का होनी बहुत है इन्हें अंदर रखना सही है ठीक है बढ़ गया नहीं इन्हें अंदर होने दस पांडे तो नहीं पाना हज़े अपन नहीं नहीं हज़े बात ठीक है फिर इन्हें ठंडा हो जाए तो बात फिर आप कढ़ाया चाक के ले जाने हैं हाँ ना तो उसे टाक देने अंदर ले जाके चार इंटर लो दो थे तीन इंटर तीन इस तरह इस तरह के इंटर लो दो करके देख इधर लाने बात चलो चल गए फिर हाँ सही है हाँ जी हुण अपना मीट हो गया तैयार ते बजरंगी तेरा यार बहुत धन्यवाद भरा छोट ने बहुत वधिया नज़ारेदार चीज़ बनाई आ जे थोनू भी किसी नू लोड़ होवे ते बजरंगी का नंबर अही सांझा कर देंगे थोड़े नाल जदों मर्जी इहनू बुलाओ ते वधिया बकरे का मीट बना के ते आपदा सर्दी सर्दी की रुत्त जिहड़ी सौखी टपाओ है ते हुण कलार साहब ने भी टोपी सिर तो ला ली आ पहला ठंड मनाई बैठे सी बहुत ज़्यादा ठीक है ते दूजे कलार साहब भी पूरे खुश ने भी वधिया चलो ठीक है जी फिर मिलते हैं अगले व्लॉग के तद तक लिए बहुत बहुत थैंक यू थोड़ा ले जिहड़ा तुसीं टाइम कढ के साडियां वीडियोज़ देखते हो तो उदू बाद नवी चीज़ कोई होर थोड़े लिए लैके आवांगे नवी कोई चीज़ अपने पिंड पेंडू देसी जिहड़ियां चीज़ां अपने घर वरतियां जांदियां जिहड़ा लाइफ स्टाइल अपना हैगा जो असीं सारी दिहाड़ी करते हैं वो थोड़े नाल सांझा करते रहांगे उहनां चिर लई सति श्री अकाल शुक्रिया मेहरबानी।